ਉੱਥੇ ਕਹਿੰਦੇ ਅੱਗ ਲਾਉਣ ਵਾਲਿਆਂ ਦਾ ਵੀ ਹਿਸਾਬ ਕਿਤਾਬ ਹੋਣਾ, ਉੱਥੇ ਅੱਗ ਬੁਝਾਉਣ ਵਾਲਿਆਂ ਦਾ ਵੀ ਹੋਣਾ। ਕਹਿੰਦੇ ਮੈਂ ਤੇ ਇਸੇ ਕਰਕੇ ਤੁਰੀ ਹੋਈ ਆ। ਕਹਿੰਦੇ ਅੱਗ ਬੁਝਾਉਣ ਵਾਲਿਆਂ ਦੀ ਕਤਾਰ 'ਚ ਖੜੀ ਹੋ ਜਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਤਾ ਨਹੀਂ ਕਰ ਸਕਦੇ, ਹਜ਼ਾਰਾਂ ਨੂੰ ਨਹੀਂ ਸਿਖਾ ਸਕਦੇ, ਤੇ ਜਿੰਨੇ ਤੁਸੀਂ ਬੈਠੇ ਹੋ ਜੇ ਹੋਰਾਂ ਨੂੰ ਨਹੀਂ ਕਹਿ ਸਕਦੇ, ਸਾਡੇ ਘਰਾਂ ਦੇ ਵਿੱਚ ਇੱਕ ਦੋ ਨਗੁਰੇ ਤੇ ਜ਼ਰੂਰ ਹੋਣਗੇ। ਜੇ ਬਹੁਤਾ ਨਹੀਂ ਕਹਿ ਸਕਦੇ ਸੰਗਤ, ਜਿੰਨੀ ਕੁ ਸੰਗਤ ਅੱਜ ਜੁੜੀ ਹੈ, ਕੱਲ ਨੂੰ ਇਦੋਂ ਵੇਖੋ ਕਿੰਨੀ ਸੰਗਤ ਹੋ ਜਾਣੀ। ਪਹਿਲੇ ਦੀਵਾਨਾਂ ਤੇ ਬਹੁਤਿਆਂ ਨੂੰ ਏਦਾਂ ਸ਼ੱਕ ਰਹਿੰਦੀ ਆ ਵੀ ਵਿਦਵਾਨ ਤੇ ਬੜੇ ਮਹਾਂਪੁਰਸ਼ਾਂ ਦੇ ਮਿਲ ਜਾਂਦੇ ਨੇ, ਬੜੇ ਸਾਧੂ ਆਉਂਦੇ ਨੇ, ਬੜਿਆਂ ਦੇ ਮਨਾਂ ਵਿੱਚ ਏਦਾਂ ਹੀ ਹੁੰਦੀ ਵੀ ਪਹਿਲੇ ਦੀਵਾਨ ਤੇ ਕੋਈ ਵੀ ਨਹੀਂ ਪਹੁੰਚਦਾ। ਨਹੀਂ ਸਤਸੰਗ ਦੀ ਗੁਰੂ ਪਾਤਸ਼ਾਹ ਦੀ ਮਿਹਰ ਹੋ ਜਾਏ ਫਿਰ ਸੱਚੇ ਪਾਤਸ਼ਾਹ ਆਪ ਸੇਵਾ ਲੈ ਲੈਂਦੇ ਨੇ, ਆਪ ਵਸ ਜਾਂਦੇ ਨੇ। ਜੇ ਤੁਹਾਡੇ ਆਉਣ ਵਾਲਿਆਂ ਦੇ ਵਿੱਚ ਵਸ ਜਾਂਦੇ ਨੇ ਤੇ ਸਾਨੂੰ ਲਿਆਉਣ ਵਾਲਿਆਂ ਵਿੱਚ ਵੀ ਸਤਿਗੁਰੂ ਪਾਤਸ਼ਾਹ ਆਪ ਵਸ ਜਾਂਦੇ ਨੇ। ਅਰਜ਼ ਕਰ ਰਿਹਾ ਸਾਂ ਜੋੜਨ ਵਾਲਿਆਂ ਦੀ ਕਤਾਰ ਵਿੱਚ ਖੜੇ ਹੋ ਜਾਈਏ। ਜੇ ਹੋਰ ਪਿੰਡ ਵਿੱਚ ਜਾ ਕੇ ਨਹੀਂ ਸੰਗਤ ਕਹਿ ਸਕਦੇ, ਘੱਟੋ ਘੱਟ ਆਪਣੇ ਘਰਾਂ ਦੇ ਵਿੱਚ ਇੱਕ ਦੋ ਨਗੁਰੇ ਜ਼ਰੂਰ ਹੋਣੇ ਨੇ। ਉਹਨਾਂ ਨੂੰ ਅਸੀਂ ਪ੍ਰੇਰ ਸਕਦੇ ਹਾਂ ਵੀ ਚਲੋ ਚੱਲੀਏ, ਜੋੜਨ ਵਾਲਿਆਂ ਦੀ ਕਤਾਰ ਵਿੱਚ ਖੜੇ ਹੋ ਜਾਈਏ। ਇੱਥੇ ਟੁੱਟੇ ਹੋਇਆਂ ਦਾ ਵੀ ਹਿਸਾਬ ਹੋਏਗਾ, ਇੱਥੇ ਜੁੜਿਆਂ ਹੋਇਆਂ ਦਾ ਵੀ ਹਿਸਾਬ ਹੋਣਾ। ਚਲੋ ਹਿਸਾਬ ਤੋਂ ਬਚ ਜਾਂਗੇ, ਕਿਤੇ ਅੱਗ ਬੁਝਾਉਣ ਵਾਲਿਆਂ ਦੀ ਕਤਾਰ ਵਿੱਚ ਖੜੇ ਹੋ ਜਾਈਏ। ਤੇ ਜਿਹੜਾ ਅੱਗ ਬੁਝਾਉਣ ਵਾਲਿਆਂ ਦੀ ਕਤਾਰ ਵਿੱਚ ਖੜਾ ਹੋਏਗਾ, ਗੁਰੂ ਸਾਹਿਬ ਦੀ ਕਦੇ ਉਹਨੂੰ ਸੇਕ ਨਹੀਂ ਲੱਗਣ ਦਿੰਦੇ। ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ। ਕਦੇ ਉਹਨਾਂ ਨੂੰ ਸੇਕ ਨਹੀਂ ਲੱਗਦਾ ਜਿਹੜੇ ਬੁਝਾਉਣ ਵਾਲਿਆਂ ਦੀ ਕਤਾਰ ਵਿੱਚ ਖੜੇ ਹੋ ਜਾਂਦੇ। ਤੱਤੀ ਵਾਹ ਨਾ ਉਹਨਾਂ ਨੂੰ ਲੱਗੇ ਉਹਨਾਂ ਦਾ ਰਾਖਾ ਆਪ ਵਾਹਿਗੁਰੂ। ਤੱਤੀ ਵਾਹ ਨਾ ਉਹਨਾਂ ਨੂੰ ਲੱਗੇ ਜਿਹਨਾਂ ਦਾ ਰਾਖਾ ਆਪ ਵਾਹਿਗੁਰੂ। ਤੱਤੀ ਵਾਹ ਨਾ ਉਹਨਾਂ ਨੂੰ ਲੱਗੇ ਜਿਹਨਾਂ ਦਾ ਰਾਖਾ ਆਪ ਵਾਹਿਗੁਰੂ।
ਜਿਨ੍ਹਾਂ ਦਾ ਆਪ ਵਾਹਿਗੁਰੂ ਰਾਖਾ ਹੋ ਜਾਏ, ਜਿਹੜਾ ਆਪ ਜੋੜਨ ਲੱਗ ਪਵੇ ਸੱਚੇ ਪਾਤਸ਼ਾਹ ਉਹਨਾਂ ਨੂੰ ਜੋੜ ਕੇ ਰੱਖਦੇ ਨੇ। ਹਮੇਸ਼ਾ ਕਿਸੇ ਗੱਲ ਦੀ ਘਾਟ ਨਹੀਂ। ਸਤਸੰਗ ਜੀ, ਬੜੀ ਵਾਰ ਤੁਹਾਡੇ ਚਰਨਾਂ ਚ ਅਰਜ਼ ਕੀਤੀ, ਸਿੱਖ ਨਿਤਨੇਮ ਵਿੱਚ ਪ੍ਰਪੱਕ ਹੋ ਜਾਏ, ਸਿੱਖ ਨਿਤਨੇਮ ਹੀ ਪੱਕਾ ਹੋ ਜਾਏ। ਸਿੱਖ ਦੇ ਮਨ ਦੇ ਅੰਦਰ ਫੁਰਨੇ ਨਹੀਂ ਫੁਰਦੇ, ਜੇ ਫੁਰ ਵੀ ਪੈਂਦੇ ਨੇ ਭਾਵੇਂ ਕਿਸੇ ਤਰ੍ਹਾਂ ਦਾ ਫੁਰਨਾ ਹੋਵੇ, ਭਾਵੇਂ ਸਿੱਖ ਕਵੇ ਮੈਨੂੰ ਗੱਡੀ ਚਾਹੀਦੀ ਹੈ, ਭਾਵੇਂ ਸਿੱਖ ਕਵੇ ਮੈਨੂੰ ਕੋਠੀ ਦੇ ਦਿਓ, ਭਾਵੇਂ ਸਿੱਖ ਕਵੇ ਮੈਨੂੰ ਪੁੱਤ ਦੇ ਦਿਓ। ਸੱਚ ਜਾਣੋ, ਸਿੱਖ ਦੇ ਅੰਦਰ ਫੁਰਨਾ ਬਾਅਦ ਵਿੱਚ ਫੁਰੇਗਾ। ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੰਨੇ ਦਿਆਲੂ ਕਿਰਪਾਲੂ ਨੇ, ਪਹਿਲਾਂ ਸਿੱਖ ਦੇ ਘਰੇ ਵਸਤੂ ਭੇਜ ਦਿੰਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਰਪਾ ਇੰਨੀ ਹੋ ਜਾਂਦੀ। ਇੱਕ ਹੋਰ ਵੀ ਅਰਜ਼ ਕਰਦੇ ਹਾਂ ਸਤਸੰਗ ਜੀ, ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਬੜੀਆਂ ਬਰਕਤਾਂ ਨੇ, ਬਹੁਤ ਜ਼ਿਆਦੀਆਂ, ਬਹੁਤ ਅਤ ਦੀਆਂ ਬਖਸ਼ਾਂ ਨੇ। ਮਾਇਆ ਤਿੰਨ ਪ੍ਰਕਾਰ ਦੀ ਹੈ, ਦੋ ਪ੍ਰਕਾਰ ਦੀ ਬੜੀ ਵਾਰ ਤੁਹਾਡੇ ਚਰਨਾਂ ਚ ਅਰਜ਼ ਕੀਤੀ, ਇੱਕ ਜੜ ਮਾਇਆ ਹੈ, ਇੱਕ ਚੇਤਨ। ਸਾਡੇ ਲਾਗੇ ਹੀ ਮਹਾਂਪੁਰਸ਼ ਨੇ ਸੰਤ ਬਾਬਾ ਰਾਮ ਸਿੰਘ ਜੀ ਸਮਾਧਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੇ ਪਾਵਨ ਸਥਾਨ ਤੇ ਭਾਈ ਮੰਝ ਜੀਆਂ ਦੇ ਸਥਾਨ ਤੇ ਮਹਾਂਪੁਰਸ਼ ਸੇਵਾ ਕਰਦੇ ਨੇ। ਪਿਛਲੇ ਹਫ਼ਤੇ ਸੰਤ ਬਾਬਾ ਹਰੀ ਸਿੰਘ ਰੰਧਾਵਾ ਵਾਲੇ ਉੱਥੇ ਕਥਾ ਕਰਨ ਆਏ, ਦਾਸਾਂ ਨੂੰ ਵੀ ਉੱਥੇ ਬੁਲਾਇਆ, ਮੈਂ ਪਹੁੰਚ ਨਹੀਂ ਸਕਿਆ। ਭਲੱਥਾਂ ਦੇ ਕੋਲ ਦੀਵਾਨ ਚੱਲਦੇ ਸੀ, ਗਣ ਸ਼ੰਕਰੋਂ ਦੀਵਾਨ ਲਾ ਕੇ ਉੱਥੇ ਜਾਣਾ ਰੋਜ਼। ਸਤਸੰਗ ਜੀ, ਮੈਂ ਨਹੀਂ ਪਹੁੰਚ ਸਕਿਆ, ਪਰ ਮਹਾਂਪੁਰਸ਼ਾਂ ਕੋਲ ਮੈਂ ਥੋੜ੍ਹੇ ਦਿਨ ਪਹਿਲਾਂ ਗਿਆ, ਮੈਨੂੰ ਮਹਾਂਪੁਰਸ਼ ਕਹਿੰਦੇ ਪਹੁੰਚ ਨਹੀਂ ਸਕੇ, ਮੈਂ ਸੱਚ ਦੱਸਿਆ ਵੀ ਨਹੀਂ ਆ ਸਕਿਆ, ਦੀਵਾਨ ਸੀ। ਮਹਾਂਪੁਰਸ਼ ਕਹਿਣ ਲੱਗੇ, ਆਪਣੇ ਦੀਵਾਨ ਬੜੇ ਵੱਡੇ ਲੱਗੇ ਨੇ, ਵੱਡੇ ਪੱਧਰ ਤੇ ਦੀਵਾਨ ਹੋਏ ਨੇ। ਮੈਂ ਪੁੱਛ ਬੈਠਾ, ਮੈਂ ਕਿ ਬਾਬਾ ਜੀ ਕਿਹੜੇ ਕਿਹੜੇ ਵਿਦਵਾਨ ਮਹਾਂਪੁਰਸ਼ ਆਏ? ਕਹਿੰਦੇ ਆਏ ਤੇ ਬੜੇ ਮਹਾਂਪੁਰਸ਼ ਸੀ, ਬੜੇ ਮਹਾਂਪੁਰਸ਼ਾਂ ਨੇ ਆਣ ਕੇ ਕੀਰਤਨ ਕੀਤਾ, ਰਾਗੀ ਢਾਡੀ ਬੜੇ ਆਏ, ਪਰ ਕਹਿੰਦੇ ਸੰਤ ਬਾਬਾ ਹਰੀ ਸਿੰਘ ਦੀ ਰੰਧਾਵਾ ਵਾਲੇ ਮਹਾਂਪੁਰਸ਼ਾਂ ਨੇ ਆਣ ਕੇ ਐਸਾ ਅੰਮ੍ਰਿਤ ਕਹਿੰਦੇ ਇੱਥੇ ਵਰਸਾਇਆ, ਜਿਹੜਾ ਕਹਿੰਦੇ ਨਾ ਭੁੱਲਣ ਯੋਗ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਨਾ ਭੁੱਲਣ ਯੋਗ। ਮੈਂ ਕਿਹਾ ਮਹਾਂਪੁਰਸ਼ੋ ਕਿਵੇਂ? ਕਹਿੰਦੇ ਮਾਇਆ ਤੋਂ ਬਚੇ ਹੋਏ। ਮੈਂ ਕਿਹਾ ਜੜ ਤੇ ਚੇਤਨ ਮਾਇਆ ਸੁਣੀ, ਬਚਣਾ ਤੇ ਔਖਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਐਸੀ ਮੋਹਣੀ ਭਾਈ ਜੀਤੇ ਜੀਤੇ ਤੇ ਡਹਿਕਾਈ। ਕਹਿੰਦੇ ਇਹਦੀ ਤੇ ਕੀ ਗੱਲ ਕਰਦੇ ਹੋ? ਕਹਿੰਦੇ ਇਹਨਾਂ ਕੋਲੋਂ ਤੇ ਬੰਦਾ ਹੋ ਸਕਦਾ ਬਚ ਜਾਏ? ਮਹਾਂਪੁਰਸ਼ ਕਹਿਣ ਲੱਗੇ, ਪਰ ਕਹਿੰਦੇ ਇੱਕ ਤੀਜੀ ਮਾਇਆ ਆ, ਉਹਨੂੰ ਕਹਿੰਦੇ ਸੂਕਸ਼ਮ ਮਾਇਆ, ਪਿਆਰ ਨਾਲ ਸਮਝਣਾ। ਕਹਿੰਦੇ ਉਹਨਾਂ ਤੋਂ ਕੋਈ ਬਿਰਲਾ ਬਿਰਲਾ ਬਚ ਸਕਦਾ ਨੇ ਤੇ ਕਹਿੰਦੇ ਬਚ ਨਹੀਂ ਸਕਦਾ। ਮੈਂ ਕਿਹਾ ਕਿਵੇਂ? ਕਹਿੰਦੇ ਮਾਣ ਵਡਿਆਈ ਮਿਲ ਜਾਣੀ, ਇਹ ਮਾਇਆ ਆ ਗਈ, ਕੋਈ ਬਿਰਲਾ ਬਚੇ, ਕਿਸੇ ਚੀਜ਼ ਦਾ ਅਹੁਦਾ ਮਿਲਦਾ, ਰੰਗ ਰੂਪ ਵਧੀਆ ਹੋਵੇ, ਮਾਣ ਹੋ ਜਾਂਦਾ, ਮੇਰੇ ਵਰਗਾ ਕੌਣ ਆ? ਪੜ੍ਹਾਈ ਕੋਈ ਕਰ ਲੈ ਕਿਸੇ ਨੌਕਰੀ ਵਿੱਚ, ਨੌਕਰੀ ਉਹਨੂੰ ਕੋਈ ਮਿਲ ਜਾਂਦੀ ਆ, ਕਿਤੇ ਪੋਸਟ ਤੇ ਉਹ ਨੌਕਰੀ ਕਰੇ, ਮਾਣ ਹੋ ਜਾਏਗਾ, ਮੇਰੇ ਵਰਗਾ ਕੌਣ ਆ? ਕਹਿੰਦੇ ਇਹ ਆ ਸੂਕਸ਼ਮ ਮਾਇਆ। ਤੇ ਮੈਂ ਪੁੱਛ ਬੈਠਾ, ਮੈਂ ਮਹਾਂਪੁਰਸ਼ੋ, ਇਹ ਮਾਇਆ ਤੋਂ ਬਚਿਆ ਕਿਵੇਂ ਜਾਵੇ? ਕਹਿੰਦੇ ਇਹਦਾ ਇੱਕੋ ਇਲਾਜ ਆ, ਸੇਵਾ ਕਰੋ। ਮੈਂ ਮਹਾਂਪੁਰਸ਼ੋ, ਸੇਵਾ ਕਰਕੇ ਬਚਿਆ ਕੋਈ? ਕਹਿੰਦੇ ਸੰਤ ਬਾਬਾ ਹਰੀ ਸਿੰਘ ਮਹਾਂਪੁਰਸ਼ ਬਚੇ ਨੇ ਰੰਧਾਵਿਆਂ ਵਾਲੇ। ਮੈਂ ਕਿਵੇਂ?
ਕਿਹਨੇ ਉਹਨਾਂ ਨੂੰ ਸੇਵਾ ਕੀਤੀ? ਮੈਂ ਪੁੱਛ ਬੈਠਾ, ਮੈਂ ਕਿਹਾ ਬਾਬਾ ਜੀ ਉਹਨਾਂ ਨੇ ਜਿਹੜੇ ਵਿਦਵਾਨ ਨੇ ਪੜ੍ਹਿਆ ਵੀ ਬੜਾ ਕੁਝ ਹੋਣਾ। ਕਹਿੰਦੇ ਸਕੂਲੀ ਤੇ ਚਾਰ ਜਮਾਤਾਂ ਪੜ੍ਹੇ ਨੇ, ਉਹਨਾਂ ਦੇ ਕਹਿਣੀ ਮੁਤਾਬਕ ਮੈਂ ਅਰਜ਼ ਕਰ ਰਿਹਾ ਹਾਂ। ਕਹਿੰਦੇ ਸਕੂਲੀ ਚਾਰ ਜਮਾਤਾਂ ਪੜ੍ਹੇ ਨੇ, ਪਰ ਕਹਿੰਦੇ ਬੜੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵਾਲੇ ਮਹਾਂਪੁਰਸ਼ਾਂ ਦੇ ਕਹਿੰਦੇ ਬਚਨ ਕਮਾਏ ਨੇ। ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਕਹਿੰਦੇ ਹਮੇਸ਼ਾ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਸੇਵਾ ਤੇ ਸਿਮਰਨ ਵਿੱਚ ਜੁੜੇ ਰਹੋ, ਤੁਹਾਨੂੰ ਮਾਇਆ ਆਣ ਕੇ ਕੁਝ ਨਹੀਂ ਕਹਿ ਸਕਦੀ, ਕੁਝ ਨਹੀਂ ਕਹੇਗੇ ਭਾਵੇਂ ਸੂਖਸ਼ਮ ਮਾਇਆ। ਕਹਿੰਦੇ ਇਹ ਵੀ ਪਰੇ ਰਹਿ ਗਈ, ਸੇਵਾ ਕਰੋ। ਮੈਂ ਕਿਹਾ ਮਹਾਂਪੁਰਸ਼ੋ ਸੇਵਾ ਵਿੱਚ ਇੰਨੀਆਂ ਤਾਕਤਾਂ ਨੇ? ਫਿਰ ਮਹਾਂਪੁਰਸ਼ਾਂ ਨੇ ਬਚਨ ਸੁਣਾਏ, ਪਿਆਰ ਨਾਲ ਸਮਝਣਾ ਕਮਾਇਓ। ਮਹਾਂਪੁਰਸ਼ ਕਹਿਣ ਲੱਗੇ ਬਲਵਿੰਦਰ ਸਿਆ ਜਿੱਥੇ ਕੋਈ ਨਾ ਪਹੁੰਚੇ ਇਕਾਗਰਤਾ ਬਖਸ਼ਿਸ਼ ਕਰਨੀ ਸਤਸੰਗ ਦੀ। ਮਹਾਂਪੁਰਸ਼ ਕਹਿਣ ਲੱਗੇ ਜਿੱਥੇ ਕੋਈ ਨਾ ਪਹੁੰਚੇ ਉੱਥੇ ਵਿਦਵਾਨ ਪਹੁੰਚ ਜਾਂਦਾ, ਜਿੱਥੇ ਕੋਈ ਨਾ ਪਹੁੰਚੇ ਉੱਥੇ ਵਿਦਵਾਨ ਪਹੁੰਚ ਜਾਂਦਾ। ਸੱਚ ਜਾਣੋ ਜਿੱਥੇ ਵਿਦਵਾਨ ਵੀ ਨਾ ਪਹੁੰਚੇ ਉੱਥੇ ਸੇਵਾਦਾਰ ਸੁੱਤੇ ਸਿੱਧ ਪਹੁੰਚ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਵਿਦਵਾਨ ਵੀ ਨਾ ਪਹੁੰਚੇ ਉੱਥੇ ਸੇਵਾਦਾਰ ਸੁੱਤੇ ਸਿੱਧ ਪਹੁੰਚ ਜਾਂਦਾ। ਇਸ ਗੱਲ ਦੀ ਗਵਾਹੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਭਰਦੇ ਨੇ। ਆ ਪਿਆਰ ਨਾਲ ਪੜ੍ਹੀਏ ਤੇ ਅੱਗੇ ਸਾਖੀ ਜਿੰਨੀ ਗੁਰੂ ਸਾਹਿਬ ਦੀ ਮਿਹਰ ਕਰਦੇ ਨੇ ਤੁਹਾਡੇ ਚਰਨਾਂ ਸੇਵਾ ਕਰਕੇ ਜਲਦੀ ਜਲਦੀ ਖੇਮਾ ਲੈ ਲਈਏ, ਸਮਾਂ ਬੜਾ ਉੱਪਰ ਦਾ ਹੋ ਜਾਣਾ। ਸੱਚੇ ਪਾਤਸ਼ਾਹ ਗਵਾਹੀ ਭਰਦੇ ਨੇ, ਕਹਿੰਦੇ ਸਿੱਖਾ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਾਂ ਮੈਂ ਵਿੱਚੋਂ ਜਾਏ। ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਸੂਖਸ਼ਮ ਮਾਇਆ। ਕਹਿੰਦੇ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਕਹਿੰਦੇ ਜਿਹੜੀ ਸੂਖਸ਼ਮ ਮਾਇਆ ਹੈ, ਜੇ ਕਿਤੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਣ ਕੇ ਸੇਵਾ ਤੇ ਸਿਮਰਨ ਕਰਨ ਲੱਗ ਪਈਏ, ਇਹ ਸੂਖਸ਼ਮ ਮਾਇਆ ਦਾ ਵੀ ਪਹਿਰਾ ਪਰੇ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀਆਂ ਬਰਕਤਾਂ ਨੇ ਜਿਹੜਾ ਸੇਵਾ ਤੇ ਸਿਮਰਨ ਵਾਲਾ ਗੁਰੂ ਪਾਤਸ਼ਾਹ ਦੀ ਉਹਨੂੰ ਖੁਸ਼ੀ ਦਿੰਦੇ ਨੇ। ਅਰਥ ਕਰਨ ਲੱਗਾ ਸੀ ਭਾਈ ਲਾਲੋ, ਰੋਜ਼ ਯਾਦ ਕਰਦਾ ਸੱਚੇ ਪਾਤਸ਼ਾਹ, ਤੈਨੂੰ ਕਹਿੰਦੇ ਗਰੀਬ ਨਵਾਜ, ਨਵਾਜ ਗਰੀਬਾਂ ਨੂੰ। ਸੱਚੇ ਪਾਤਸ਼ਾਹ ਦਰਸ਼ਨ ਬਖਸ਼ਿਸ਼ ਕਰੋ, ਆਪਦੀਆਂ ਦੇ ਦਰਸ਼ਨਾਂ ਨੂੰ ਹਮੇਸ਼ਾ ਮਨ ਲੋਚਦਾ ਰਹਿੰਦਾ। ਆ ਵੇਖਿਆ ਹੀ ਆ ਸਤਸੰਗ ਦੀ ਹੁਣ ਸੰਗਤ ਜੁੜੀ ਹੋਈ,
ਲਾਗੇ ਲਾਗੇ ਦੋ ਵੱਡੇ ਦੀਵਾਨ ਲੱਗੇ ਹੋਣ, ਤਿੰਨ ਤਿੰਨ ਚਾਰ ਚਾਰ ਦਿਨ ਆਪ ਜੀਆਂ ਆ। 2 ਤਰੀਕ ਨੂੰ ਹੁਣ ਗੁਰੂ ਪਾਤਸ਼ਾਹ ਦਾ ਅਵਤਾਰ ਦਿਹਾੜਾ ਲੰਘਿਆ, ਆਪਾਂ ਸਭ ਨੇ ਮਨਾਇਆ। 15-20 ਦਿਨ ਸਾਨੂੰ ਹੋ ਗਏ ਨੇ ਪ੍ਰਭਾਤ ਫੇਰੀਆਂ ਵਿੱਚ ਜਾਂਦੇ ਆ, ਪਰ ਫਿਰ ਵੀ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਆ। ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਬਿਰਲਾ ਬਿਰਲਾ ਹੁੰਦਾ, ਸਾਰੇ ਨਹੀਂ ਹੁੰਦੇ। ਗੁਰੂ ਸਾਹਿਬ ਦੀ ਗਵਾਹੀ ਭਰਦੇ ਨੇ, ਚਾਕਰ ਲੱਗੇ ਚਾਕਰੀ, ਨਾਲੇ ਗਾਰ ਵਾਦ ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ। ਕਹਿੰਦੇ ਗੱਲਾਂ ਵਾਲੇ ਤੈਨੂੰ ਵਿਰਲੇ ਬਹੁਤ ਮਿਲ ਜਾਂਦੇ ਨੇ। ਗੁਰੂ ਪਾਤਸ਼ਾਹ ਦਾ ਚਾਕਰ ਕੋਈ ਵਿਰਲਾ ਵਿਰਲਾ ਹੁੰਦਾ, ਆ ਹੁਣ ਸੁਣਿਆ ਬਹੁਤਿਆਂ ਨੇ। ਪਰ ਤੁਸੀਂ ਸਾਰੇ ਹੀ ਚਾਕਰ ਬੈਠੇ ਹੋ, ਸਾਰੇ ਸੇਵਾਦਾਰ ਬੈਠੇ ਹੋ, ਗੁਰੂ ਪਾਤਸ਼ਾਹ ਦੇ ਪਾਵਨ ਬਚਨ ਕਮਾਉਂਦੇ ਹੋ, ਗੁਰੂ ਸਾਹਿਬ ਦੀ ਇਸ ਗੱਲ ਦੀ ਗਵਾਹੀ ਭਰਦੇ ਨੇ। ਗੱਲਾਂ ਵਾਲੇ ਹਨ ਕਨੇਰੇ, ਗੱਲਾਂ ਵਾਲੇ ਹਨ ਕਨੇਰੇ, ਚਾਕਰ ਕੋਈ ਕੋਈ 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 ਚੱਕਰੀ ਨਾਲੇ ਗਰ ਵਾਦ ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਸੰਗਤ ਗੁਰੂ ਪਾਤਸ਼ਾਹ ਦੇ ਪਾਵਨ ਬਚਨਾਂ ਦਾ ਸਵਾਦ ਰਸ ਲੈਣ ਵਾਲਾ ਕੋਈ ਕੋਈ ਹੁੰਦਾ ਹੈ, ਜਿਹੜਾ ਆਪਣੇ ਜੀਵਨ ਵਿੱਚ ਕ੍ਰਾਂਤੀ ਲੈ ਆਵੇ। ਭਾਈ ਲਾਲੋ ਜੀ ਸੱਚੇ ਪਾਤਸ਼ਾਹ ਦੇ ਪਾਵਨ ਦਰਸ਼ਨਾਂ ਨੂੰ ਤਾਂਗ ਰੱਖਦੇ ਨੇ, ਹਮੇਸ਼ਾ ਯਾਦ ਕਰਦੇ ਨੇ। ਇੱਧਰ ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਗੁਰੂ ਸਾਹਿਬ ਦੀ ਗਹਿ ਲੈ ਮਰਦਾਨੇ ਨੂੰ ਨਾਲ, ਸਤਿਗੁਰੂ ਪਾਤਸ਼ਾਹ ਦੇ ਅਹਿਮਦਾਬਾਦ ਦੀ ਧਰਤੀ ਤੇ ਪਹੁੰਚ ਗਏ, ਸਾਰਾ ਸ਼ਹਿਰ ਲੰਘ ਚੱਲੇ ਨੇ। ਭਾਈ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਸਾਰਾ ਹੀ ਸ਼ਹਿਰ ਲੰਘ ਚੱਲੇ ਹੋ, ਕਿੱਥੇ ਕੁ ਤੁਸੀਂ ਜਾ ਕੇ ਰੁਕਣਾ ਚਾਹੁੰਦੇ ਹੋ? ਭੁੱਖ ਵੀ ਬੜੀ ਲੱਗੀ ਹੋਈ ਹੈ, ਤੁਸੀਂ ਕਿਉਂ ਨਹੀਂ ਰੁਕਦੇ? ਗੁਰੂ ਸਾਹਿਬ ਕਹਿਣ ਲੱਗੇ, ਤੁਰੇ ਚੱਲੀਦਾ, ਸਬਰ ਸੰਤੋਖ ਰੱਖੀਦਾ, ਤੁਰਿਆ ਚੱਲ, ਅਸੀਂ ਆਪਣੇ ਪਿਆਰੇ ਨੂੰ ਮਿਲਣ ਚੱਲੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੁੜਿਆ ਹੋਇਆ ਨੂੰ ਪਿਆਰਾ ਸ਼ਬਦ ਵਰਤਦੇ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਸੱਚੇ ਪਾਤਸ਼ਾਹ ਦੀ ਘੁੱਟ ਕੇ ਉਹਨੂੰ ਗੁਲਵਕੜੀ ਚ ਲੈਂਦੇ ਨੇ, ਗੁਰੂ ਸਾਹਿਬ ਦੇ ਬਚਨ ਕਮਾਉਣ ਵਾਲੇ।
ਕਹਿੰਦੇ ਅੱਗੇ ਤੁਰਿਆ ਚੱਲ, ਸਾਰੇ ਕਹਿੰਦੇ ਆਮਨਾ ਬਾਤ ਲੰਘ ਚੱਲੇ ਨੇ, ਟੁੱਟੀਆਂ ਹੋਈਆਂ ਹੁਣ ਛੱਪਰੀਆਂ ਆ ਗਈਆਂ, ਕੁੱਲੀਆਂ ਪਾਈਆਂ ਹੋਈਆਂ। ਸੱਚੇ ਪਾਤਸ਼ਾਹ ਜੀ ਉੱਥੇ ਖਲੋ ਗਏ, ਖਲੋ ਕੇ ਜਿੱਥੇ ਭਾਈ ਲਾਲੋ ਯਾਦ ਕਰਦਾ ਗੁਰੂ ਸਾਹਿਬ ਜੀ ਪਹੁੰਚੇ, ਬਾਹਰ ਖੜਿਆਂ ਨੇ ਫਿਰ ਆਵਾਜ਼ ਮਾਰੀ, ਕਹਿੰਦੇ ਲਾਲੋ। ਬਸ ਜਦੋਂ ਇਹ ਆਵਾਜ਼ ਸੁਣੀ ਲਾਲੋ ਨੇ, ਲਾਲੋ ਹੈਰਾਨ ਹੋ ਗਿਆ। ਲਾਲੋ ਕਹਿਣ ਲੱਗਾ, ਉਹ ਮਨਾ ਤੈਨੂੰ ਦੁਨੀਆਂ ਦੇ ਲੋਕ ਲਾਲੋ ਹੁਣ ਤੱਕ ਕਹਿ ਕੇ ਬੁਲਾਉਂਦੇ ਰਹੇ ਨੇ। ਲਾਲੋ ਉਹ ਮਨਾ ਤੈਨੂੰ ਦੁਨੀਆਂ ਦੇ ਲੋਕਾਂ ਨੇ ਬੜੀ ਬੜੀਆਂ ਆਵਾਜ਼ਾਂ ਮਾਰੀਆਂ ਲਾਲੋ ਕਹਿ ਕੇ, ਪਰ ਆਹ ਜਿਹੜੀ ਲਾਲੋ ਆਵਾਜ਼ ਆ ਇਹਦੇ ਵਿੱਚ ਕੋਈ ਰਾਜ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਾਲੋ ਕਹਿਣ ਲੱਗਾ, ਉਹ ਮਨਾ ਤੈਨੂੰ ਲਾਲੋ ਕਹਿ ਕੇ ਦੁਨੀਆਂ ਦੇ ਲੋਕਾਂ ਨੇ ਬੜਿਆਂ ਨੇ ਆਵਾਜ਼ਾਂ ਮਾਰੀਆਂ, ਪਰ ਆਹ ਜਿਹੜੀ ਲਾਲੋ ਕਹਿਣ ਦੀ ਆਵਾਜ਼ ਆ ਇਹਦੇ ਵਿੱਚ ਕੋਈ ਰਾਜ ਆ। ਵਾਰ ਨਿਕਲਿਆ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਦੀਆਂ ਦੇ ਦਿਦਾਰੇ ਕੀਤੇ ਤੇ ਤਨ ਮਨ ਹੋਏ ਨਿਹਾਲ, ਜਾਂਗੁਰ ਦੇਖਾ ਸਾਹਮਣੇ। ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ। ਸਤਸੰਗ ਜੀ ਮਨ ਗਦਗਦ ਹੋ ਗਿਆ, ਇੰਨੇ ਵਿਰਾਗ ਵਿੱਚ ਆ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਿਆ। ਵੈਰਾਗ ਵਿੱਚ ਆਣ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਧੋ ਦਿੱਤੇ। ਮੈਂ ਬੜੀ ਵਾਰ ਤੁਹਾਡੇ ਚਰਨਾਂ ਚਰਨ ਕੀਤੀ, ਮੇਰੇ ਮਹਾਂਪੁਰਸ਼ਾਂ ਦੇ ਵਚਨ ਨੇ, ਕਹਿੰਦੇ ਰੋਂਦੇ ਨੇ ਲੋਕ, ਦੁਨੀਆਂ ਦੇ ਲੋਕ ਜਦੋਂ ਘਾਟਾ ਪੈ ਜਾ ਤਾਂ ਵੀ ਰੋਂਦੇ ਨੇ, ਅੱਖਾਂ ਵਿੱਚੋਂ ਹੰਝੂ ਵਹਿੰਦੇ ਨੇ ਉਹਨਾਂ ਦੇ। ਰੋਣ ਵਾਲਿਆਂ ਦੀ ਅੱਜ ਘਾਟ ਨਹੀਂ, ਵਹਿੰਦੇ ਨੇ ਹੰਝੂ, ਪਰ ਕਹਿੰਦੇ ਉਹ ਹੰਝੂ ਸਾਡਾ ਕੁਝ ਨਹੀਂ ਸਵਾਰਦੇ। ਕਿਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਭਿੱਜ ਕੇ ਜੇ ਸਿੱਖ ਦੇ ਕਿਤੇ ਅੱਖਾਂ ਦੇ ਵਿੱਚੋਂ ਪਾਣੀ ਆਵੇ, ਇੱਕ ਹੰਝੂ ਕਰੋੜਾਂ ਪਾਪਾਂ ਦਾ ਨਾਸ ਕਰ ਦਿੰਦਾ। ਆਖੋ ਸਤਨਾਮ। ਇਹਨੂੰ ਹੀ ਕਹਿੰਦੇ ਨੇ ਸਤਿਗੁਰ ਪਾਤਸ਼ਾਹ ਬਿਨ ਬੈਰਾਗ ਨਾ ਛੂਟ ਸਮਾਇਆ। ਜਦੋਂ ਤੱਕ ਕਹਿੰਦੇ ਅੰਦਰ ਬੈਰਾਗ ਨਹੀਂ ਉਪਜਿਆ ਤੇ ਮਾਇਆ ਭਾਵੇਂ ਜੜ ਹੋਵੇ, ਚੇਤਨ ਹੋਵੇ, ਭਾਵੇਂ ਸੂਖਸ਼ਮ ਹੋਵੇ, ਜਦੋਂ ਤੱਕ ਅੰਦਰ ਸੱਚੇ ਪਾਤਸ਼ਾਹ ਨੇ ਪਿਆਰ ਨਹੀਂ ਸਾਡੇ ਜਗਾਇਆ, ਉਦੋਂ ਤੱਕ ਕਹਿੰਦੇ ਮਾਇਆ ਤੋਂ ਛੁੱਟਿਆ ਨਹੀਂ ਜਾਣਾ। ਇਹ ਗੁਰੂ ਸਾਹਿਬ ਦੀ ਮਿਹਰ ਹੋਏਗੀ ਤਾਂ ਹੀ ਇਹ ਬਖਸ਼ਿਸ਼ ਹੋਏਗੀ। ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਿਆ, ਵੈਰਾਗ ਵਿੱਚ ਆਣ ਕੇ ਗੁਰੂ ਸਾਹਿਬ ਦੀਆਂ ਨੇ ਚਰਨ ਧੋ ਦਿੱਤੇ। ਸੱਚੇ ਪਾਤਸ਼ਾਹ ਧੰਨ ਭਾਗੀ ਆ, ਤੁਹਾਡੇ ਦਰਸ਼ਨ ਦਾਰੇ ਹੋਏ। ਚੰਗੇ ਭਾਗ ਨੇ ਜਿੰਦੜੀ
ਸਤਸੰਗ ਦੀ ਆਪਾਂ ਸਭ ਮਿਲ ਕੇ ਸੱਚੇ ਪਾਤਸ਼ਾਹ ਦੇ ਪੂਰੇ ਸਤਿਗੁਰੂ ਪਾਤਸ਼ਾਹ ਦੀ ਗੋਦੀ ਚ ਸਦੇ ਹੋਏ ਆ। ਕਿੱਡੇ ਸਾਡੇ ਵੱਡੇ ਭਾਗ ਨੇ। ਭਾਈ ਲਾਲੋ ਕਹਿਣ ਲੱਗਾ ਧੰਨ ਭਾਗ ਨੇ ਸੱਚੇ ਪਾਤਸ਼ਾਹ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਨੇ। ਸੁਣੀ ਦਾ ਬੜੀ ਵਾਰ ਸੀ, ਤੁਸੀਂ ਗਰੀਬ ਨੂੰ ਆ ਜਾਓ, ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰੀਏ। ਸਤਿਗੁਰੂ ਪਾਤਸ਼ਾਹ ਜੀ, ਸਾਡੇ ਗ੍ਰਹਿ ਨੂੰ ਤੁਸੀਂ ਪਵਿੱਤਰ ਕੀਤਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਲਾਲੋ, ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ, ਤੇਰੇ ਘਰੋਂ ਅਸੀਂ ਪ੍ਰਸ਼ਾਦਾ ਛਕਣਾ ਚਾਹੁੰਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰਸ਼ਾਦਾ ਛਕਣਾ ਚਾਹੁੰਦੇ ਸਤਸੰਗ ਜੀ, ਜਿੱਥੇ ਗੁਰੂ ਸਾਹਿਬ ਆਣ ਕੇ ਕਹਿਣ ਪ੍ਰਸ਼ਾਦਾ ਛਕਣਾ, ਕਿੰਨੇ ਵੱਡੇ ਭਾਗ ਹੋਣਗੇ। ਅਰਜ ਪ੍ਰਮ ਟੱਚ ਕੀਤੀ ਸੀ ਤੁਹਾਡੇ ਨਾਲ ਭਾਈ ਦਿਆਲ ਦਾਸ ਦੀ ਟੂਕ ਮਾਤਰ। ਭਾਈ ਦਿਆਲ ਦਾਸ ਮੰਨਦਾ ਨਹੀਂ ਸੀ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਕੀ ਆ, ਅਸੀਂ ਤੇ ਤੁਹਾਡੇ ਬਚਨਾਂ ਦੇ ਨਾਲ ਸਾਡੀ ਕੁੱਲ ਚੱਲਦੀ ਆ, ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਸਾਡਾ ਪ੍ਰਸ਼ਾਦਾ ਛਕ ਲਓ। ਗੁਰੂ ਸਾਹਿਬ ਜੀ ਕਹਿਣ ਲੱਗੇ ਤੂੰ ਅੰਮ੍ਰਿਤ ਛਕ ਲਾ, ਤੇਰਾ ਪ੍ਰਸ਼ਾਦਾ ਛਕਾਂਗੇ। ਜਦੋਂ ਨਹੀਂ ਸੀ ਮੰਨਦਾ ਉਦੋਂ ਕਹਿੰਦੇ ਕੋਈ ਭਾਗਾਂ ਵਾਲੀ ਰੂਹ ਮਿਲੀ ਜਿਹੜੀ ਭਾਈ ਦਿਆਲ ਦਾਸ ਨੂੰ ਕਹਿਣ ਲੱਗੀ, ਦਿਆਲ ਦਾਸਾ ਉਹ ਤੈਨੂੰ ਤੇ ਰੱਬ ਆਣ ਕੇ ਕਹਿੰਦਾ ਅੰਮ੍ਰਿਤ ਛਕ ਲਾ, ਤੈਨੂੰ ਨਗਾਉਣਾ ਨੀ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਰੱਬ ਆਣ ਕੇ ਕਹਿੰਦਾ ਪ੍ਰਸ਼ਾਦਾ ਇਹ ਅੰਮ੍ਰਿਤ ਛਕ ਲਾ, ਤੈਨੂੰ ਸਮਾਂ ਲਗਾਉਣਾ ਨੀ ਚਾਹੀਦਾ। ਸਤਸੰਗ ਜੀ, ਜਦੋਂ ਕਿਤੇ ਸਮਾਂ ਮਿਲ ਜਾ ਫਿਰ ਲਾਹਾ ਲਈਏ, ਨਹੀਂ ਤਾਂ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ। ਹੱਥ ਆਉਂਦਾ ਦਿੱਲੀ
ਅੱਗੇ ਨਹੀਂ ਆਉਂਦਾ ਹੁੰਦਾ। ਪਛਤਾਵਾ ਰਹਿ ਜਾਂਦਾ, ਹੋਰ ਪੱਲੇ ਕੁਝ ਵੀ ਨਹੀਂ। ਜਦੋਂ ਲੰਘ ਜਾਏਗਾ ਸਮਾਂ ਫਿਰ ਪਛਤਾਵਾ ਰਹੇਗਾ। ਭਾਈ ਸਾਹਿਬ ਜੀ ਕਹਿੰਦੇ ਨੇ, ਜੈਸੇ ਘਰ ਲੱਗਾ ਆਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਐ। ਕਹਿੰਦੇ ਘਰ ਨੂੰ ਅੱਗ ਲੱਗ ਜਾਏ ਤੇ ਕਹਿੰਦੇ ਕੋਈ ਕਵੇ ਮੈਂ ਹੁਣ ਖੂਹ ਪੱਟ ਕੇ ਬੁਝਾਵਾਂ ਪਾਣੀ ਕੱਢਾਂ, ਫਿਰ ਭਾਈ ਸਾਹਿਬ ਜੀ ਕਹਿੰਦੇ ਨੇ ਘਾਟਾ ਪੈ ਜਾਏਗਾ। ਜੈਸੇ ਘਰ ਲੱਗਾ ਆਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈ ਹੈ। ਤਿੰਨ ਚਾਰ ਪ੍ਰਮਾਣ ਦਿੰਦੇ ਭਾਈ ਸਾਹਿਬ, ਮੈਂ ਇੱਕੋ ਹੀ ਅਰਜ ਕਰਨਾ, ਜੇ ਵੇਲਾ ਲੰਘ ਗਿਆ ਮੁੜ ਕੇ ਹੱਥ ਨਹੀਂ ਆਉਣਾ, ਜੇ ਪਾਣੀ ਕੋਲ ਨਾ ਹੋਇਆ ਅੱਗ ਬੁਝਾਈ ਨਹੀਂ ਜਾਣੀ। ਇਸ ਕਵਿਤ ਦੀ ਆਖਰੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ, ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਕਹਿੰਦੇ ਸਾਰੀ ਉਮਰ ਮਾਇਆ ਦੇ ਧੰਦੇ ਧੰਧਾਰਿਆਂ ਵਿੱਚ ਲੰਘ ਜਾਏ ਤੇ ਜੇ ਕੋਈ ਕਵੇ ਮੈਂ ਹੁਣ ਸੰਸਾਰ ਤੋਂ ਚੱਲਿਆ ਵਾਂ, ਹੁਣ ਇਹਨੂੰ ਸੁਖਮਨੀ ਸਾਹਿਬ ਸੁਣਾ ਦੇਈਏ, ਇਹਦੀ ਲਿਵ ਲੱਗ ਜਾਏਗੀ। ਭਾਈ ਸਾਹਿਬ ਜੀ ਕਹਿੰਦੇ, ਮੁੜ ਕੇ ਨਹੀਂ ਏਦਾਂ ਹੋਣੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਪਹਿਲਾਂ ਹੀ ਤੁਰਨਾ ਪਏਗਾ, ਪਹਿਲਾਂ ਹੀ ਕੋਸ਼ਿਸ਼ ਕਰਨੀ ਪਏਗੀ। ਅਸੀਂ ਗੁਰਮੁਖਾਂ ਦੀ ਸੰਗਤ ਕਰੀਏ, ਸਾਨੂੰ ਗੁਰਮੁਖਾਂ ਵਾਲਾ ਰੰਗ ਚੜ ਜਾਏ। ਗੁਰੂ ਸਾਹਿਬ ਨੇ ਮਿਹਰ ਕੀਤੀ, ਕਹਿੰਦੇ ਲਾਲੋ ਬਾਦ ਦੀਆਂ ਗੱਲਾਂ ਬਾਅਦ ਵਿੱਚ ਹੋਣਗੀਆਂ, ਹੋਰ ਬਾਅਦ ਵਿੱਚ ਵਿਚਾਰਾਂ ਕਰਾਂਗੇ, ਅਸੀਂ ਕੁਛ ਛਕਣਾ ਚਾਹੁੰਦੇ, ਸਾਨੂੰ ਛਕਾ ਦੇ। ਚਾਹ ਚੜ ਗਿਆ। ਆਪ ਨਾਰਾਇਣ ਕਲਾ ਧਰ ਸਤਿਗੁਰੂ ਪਾਤਸ਼ਾਹ ਆਪ ਕਹਿੰਦੇ ਨੇ, ਇੱਥੇ ਤੇ ਕੋਈ ਗੁਰਮੁਖ ਪਿਆਰਾ ਜੀਵਨ ਵਾਲਾ ਆ ਜਾ, ਦੁਨੀਆਂ ਦੇ ਲੋਕ ਉਹਨਾਂ ਨੂੰ ਕਹਿੰਦੇ ਨੇ ਚਰਨ ਪਾ ਜਾਓ। ਜੁੜਿਆਂ ਹੋਇਆਂ ਦੀ ਕਿੰਨਾ ਸਤਿਕਾਰ, ਅਰਜ ਕਰਦਾ ਰਹਿਣਾ ਜਿੱਥੇ ਨਾਲ ਵੀ ਤੁਹਾਡੇ ਨਾਲ। ਕਿੱਡੀ ਅਕਾਲ ਪੁਰਖ ਵਾਹਿਗੁਰੂ ਮਿਹਰ ਕਰ ਗਏ ਜਿਨ੍ਹਾਂ ਨੇ ਸਾਧ ਕੇ ਸਾਨੂੰ ਨਾਲ ਨਵਾਜਿਆ ਹੋਇਆ। ਸੱਚੇ ਪਾਤਸ਼ਾਹ ਤੇਰੇ ਬਾਣੀ ਦਾ ਹੀ ਇੰਨਾ ਸਤਿਕਾਰ ਆ, ਦੁਨੀਆਂ ਦੇ ਲੋਕ ਸਾਨੂੰ ਚਰਨ ਕਹਿੰਦੇ ਨੇ। ਸੱਚੇ ਪਾਤਸ਼ਾਹ ਜੇ ਬਾਣੀ ਦੇ ਨਾਲ ਬਾਣੀ ਵੀ ਬਾਣੇ ਨਾਲ ਬਾਣੀ ਵੀ ਸਾਡੇ ਅੰਦਰ ਵੱਸ ਜਾਏ, ਕਿੱਡੀ ਮਹਾਨ ਕਿਰਪਾ ਹੋ ਜਾਏਗੀ, ਕਿੱਡੀ ਮਹਾਨ ਕਿਰਪਾ ਹੋ ਜਾਏਗੀ। ਅਸੀਂ ਜੀਵਨ ਕਰਤਾਰਥ ਕਰਕੇ ਇਹ ਸੰਸਾਰ ਤੋਂ ਜਾ ਸਕਦੇ ਹਾਂ। ਜੇ ਬਾਣੀ ਅੰਦਰ ਵੱਸ ਜਾ, ਕਿੱਡਾ ਸਾਡਾ ਸਤਿਕਾਰ ਹੋ ਜਾਏ, ਜੇ ਤੇਰਾ ਕੋਈ ਨਾ ਕੋਈ ਬਚਨ ਕਮਾ ਲਈਏ। ਸਤਸੰਗ ਜੀ, ਗੁਰੂ ਸਾਹਿਬ ਕਹਿਣ ਲੱਗੇ, ਲਾਲੋ ਲਿਆ ਤੇਰੇ ਘਰੋਂ ਸੀ ਤਾਂ ਪ੍ਰਸ਼ਾਦਾ ਛਕਣਾ ਚਾਹੁੰਦੇ। ਖੁਸ਼ ਹੋ ਗਿਆ, ਨੱਠਾ ਹੀ ਗਿਆ, ਜਾ ਕੇ ਕੋਧਰੇ ਦਾ ਪ੍ਰਸ਼ਾਦਾ ਲਿਆਂਦਾ। ਗੁਰੂ ਸਾਹਿਬ ਦੇ ਜਦੋਂ ਚਰਨਾਂ ਤੇ ਰੱਖਿਆ ਪ੍ਰਸ਼ਾਦਾ, ਇੱਥੇ ਭਾਈ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਪਿੱਛੇ 36 ਪ੍ਰਕਾਰ ਦਾ ਭੋਜਨ ਛੱਡ ਕੇ ਅੱਗੇ ਤੁਰੇ ਆਏ ਹੋ, ਇੱਥੇ ਕੋਧਰੇ ਦਾ ਪ੍ਰਸ਼ਾਦਾ ਤੁਸੀਂ ਛਕਦੇ ਹੋ, ਰੁੱਖੀ ਸੁੱਖੀ ਖਾਂਦੇ ਹੋ। ਸੱਚੇ ਪਾਤਸ਼ਾਹ ਪਿੱਛੇ 36 ਪ੍ਰਕਾਰ ਛੱਡ ਕੇ ਆਇਓ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਇਹਨੂੰ ਰੁੱਖੀ ਨਾ ਕਹਿ, ਛੱਕ ਕੇ ਵੇਖ ਇਹਦੇ ਵਿੱਚ ਅੰਮ੍ਰਿਤ ਵਰਸਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਰਦਾਨਿਆ ਛੱਕ ਕੇ ਵੇਖ
ਹੱਕ ਸਤਿਦੀ ਦੇ ਵਿੱਚੋਂ ਅੰਮ੍ਰਿਤ ਦਾ ਸਵਾਦ ਆਏਗਾ। ਇਤਿਹਾਸ ਗਵਾਹ ਹੈ, ਜਦੋਂ ਭਾਈ ਮਰਦਾਨੇ ਨੇ ਕਹਿੰਦੇ ਕੋਧਰੇ ਦਾ ਛਕਿਆ, ਅੰਮ੍ਰਿਤ ਵਰਗਾ ਸਵਾਦ ਆਇਆ। ਸਾਰੀ ਜਗ੍ਹਾ ਸਾਰੇ ਬੰਦੇ ਰਹਿੰਦੇ, ਜਿੱਥੇ ਗੁਰਮੁਖ ਨੇ ਉੱਥੇ ਮਨਮੁਖ ਵੀ ਹੋਣਗੇ। ਤੁਹਾਨੂੰ ਏਦਾਂ ਦੇ ਬੰਦੇ ਵੀ ਵਿਖਾ ਸਕਦੇ ਆ, ਇੱਕ ਪਾਸੇ ਦੀਵਾਨ ਲਾਉਣ ਵਾਲੇ ਨੇ, ਇੱਕ ਪਾਸੇ ਦੀਵਾਨ ਲਵਾਉਣ ਵਾਲੇ ਨੇ, ਇੱਕ ਪਾਸੇ ਏਦਾਂ ਦੇ ਵੀ ਤੁਹਾਨੂੰ ਮਿਲ ਜਾਂਦੇ ਜਿਹੜੇ ਜਿਹੜੇ ਘਰ ਜਾ ਕੇ ਕਹਿੰਦੇ ਨੇ ਆਇਓ ਨਾ, ਆਖੋ ਸਤਨਾਮ, ਆਇਓ ਨਾ, ਇਹ ਸਾਡੇ ਬਾਬੇ ਨਹੀਂ ਆਉਣੇ, ਸਰੀਰਾਂ ਨਾਲ ਜੁੜਿਆ ਹੋਇਆਂ ਦੀ ਹਾਲਤ ਆ, ਤੁਸੀਂ ਨਾ ਆਇਓ, ਜਦੋਂ ਸਾਡੇ ਵਾਲੇ ਆਉਣਗੇ ਫਿਰ ਦੱਸਾਂਗੇ ਤੁਹਾਨੂੰ, ਫਿਰ ਆਇਓ ਨਹੀਂ। ਸਤਿਕਾਰਯੋਗ ਸੰਤ ਵਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਮਹਾਂਪੁਰਸ਼ ਵੀ ਬਚਨ ਕਰਦੇ ਨੇ ਖੁਦ, ਕਹਿੰਦੇ ਉਹ ਗੁਰਮੁਖ ਨਹੀਂ ਹੁੰਦਾ ਜਿਹੜਾ ਸਰੀਰ ਨੂੰ ਉਡੀਕਦਾ ਰਹੇ, ਗੁਰਮੁਖ ਉਹ ਹੁੰਦਾ, ਇੱਥੇ ਕਲੀਨ ਸ਼ੇਪ ਵਾਲਾ ਵੀ ਗੁਰਮਤ ਨਾਲ ਜੋੜਦਾ, ਉਹਦਾ ਵੀ ਸਤਿਕਾਰ ਕਰੇ, ਉਹਨੂੰ ਵੀ ਕਵੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਗੁਰੂ ਦੇ ਭਾਣੇ 'ਚ ਰਹਿਣ ਵਾਲਾ ਸਾਡਾ ਮਿੱਤਰ ਆ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਅਸੀਂ ਤੇ ਸ਼ਬਦ ਨਾਲ ਜੁੜਨਾ ਵਾ, ਕੋਈ ਆਵੇ, ਕੋਈ ਗਾਵੇ, ਕੋਈ ਸੁਣਾਵੇ, ਸਾਨੂੰ ਅੰਦਰੋਂ ਤੇ ਸਾਡੇ ਸਦਾ ਇਹ ਗੱਲ ਰਹਿਣੀ ਚਾਹੀਦੀ ਆ, ਸੱਚੇ ਪਾਤਸ਼ਾਹ ਕੋਈ ਆਵੇ ਕੋਈ ਜਾਵੇ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਚਾਓ ਇਹੋ, ਇਦਾਂ ਦਾ ਚਾਅ ਚੜੇ, ਕੋਈ ਵੀ ਆਵੇ ਸਾਨੂੰ ਚਾਅ ਚੜੇ। ਤੇ ਮੈਂ ਤੁਹਾਡੇ ਨਾਲ ਅਰਜ਼ ਬੜੀ ਵਾਰੀ ਕੀਤੀ ਆ, ਚਾਹ ਉਹਨੂੰ ਹੀ ਚੜਦਾ, ਖੁਸ਼ੀ ਉਹੀ ਲੋਕ ਮਨਾਉਂਦੇ ਨੇ ਕਿਹੜੇ, ਜਿਹੜੇ ਗੁਰੂ ਸਾਹਿਬ ਤੇ ਵੀ ਸ਼ਰਧਾ ਰੱਖਦੇ ਨੇ, ਗੁਰੂ ਵਾਲਿਆਂ ਤੇ ਵੀ ਸ਼ਰਧਾ ਰੱਖਦੇ, ਉਹਨੂੰ ਹੀ ਚਾਹ ਚੜਦਾ, ਜਿਹਦੀ ਗੁਰੂ ਤੇ ਵੀ ਸ਼ਰਧਾ ਹੋਵੇ, ਜਿਹਦੀ ਸਿੱਖ ਤੇ ਵੀ ਸ਼ਰਧਾ ਹੋਵੇ। ਜਦੋਂ ਤੱਕ ਸਿੱਖ ਤੇ ਨਾਲ ਸ਼ਰਧਾ ਨਹੀਂ, ਉਦੋਂ ਤੱਕ ਪੂਰਾ ਲਾਹਾ ਨਹੀਂ ਪ੍ਰਾਪਤ ਇਨਸਾਨ ਕਰ ਸਕਦਾ, ਉਦੋਂ ਤੱਕ ਤੇ ਆਪਣੇ ਬਗਾਨੇ ਦਿਸਦੇ ਹੀ ਰਹਿਣਗੇ। ਜਦੋਂ ਤੱਕ ਬਾਣੀ ਤੇ ਬਾਣੇ ਨਾਲ ਪਿਆਰ ਹੋ ਜਾਏਗਾ, ਫਿਰ ਤੇ ਬਾਬਾ ਨਾਮਦੇਵ ਵਾਂਗਰ, ਨਾਮਦੇਵ ਜੀ ਉਹਨਾਂ ਵਾਂਗਰ ਸਾਡੀ ਵਿਰਤੀ ਬਣ ਜਾਏਗੀ। ਕੁੱਤਾ ਚੱਕ ਕੇ ਰੋਟੀ ਲੈ ਜਾਂਦਾ, ਕਹਿੰਦੇ ਨੇ ਭਗਤਾ ਤੁਸੀਂ ਰੁੱਗੀ ਕਿਉਂ ਖਾਂਦੇ ਹੋ, ਮੈਂ ਰੋਜ਼ ਸਬਜ਼ੀ ਨਾਲ ਖਾਂਦਾ ਵਾਂ, ਆ ਭਗਤ ਦੀ ਸਬਜ਼ੀ ਵੀ ਲੈਂਦੇ ਜਾਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਦੋਂ ਨੀ ਕੋਈ ਆਪਣਾ ਪਰਾਇਆ ਦੱਸੇਗਾ, ਇਹ ਕਿਰਪਾ ਕਿਵੇਂ ਹੋਏਗੀ ਸੰਗਤਾਂ ਵਿੱਚ ਆਣ ਕੇ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿੱਟ ਗਿਆ, ਜਦ ਦੇਖਾ ਤਤ ਤੂੰ, ਫਿਰ ਕਿਰਪਾ ਹੋ ਜਾਏਗੀ, ਫਿਰ ਕਿਰਪਾ ਹੁੰਦੀ, ਹੱਕ ਸੱਚ ਦੀ ਪ੍ਰਵਾਨ ਹੋ ਜਾਏਗੀ। ਕਹਿੰਦੇ ਮਰਦਾਨਿਆ ਛੱਕ ਕੇ ਵੇਖ, ਅੰਮ੍ਰਿਤ ਦਾ ਸਵਾਦ ਆਏਗਾ। ਸੱਚ ਜਾਣੋ ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਨੇ ਇਹ ਮਰਦਾਨੇ ਨੂੰ ਅੰਮ੍ਰਿਤ ਛਕਾਇਆ। ਸਾਰੀ ਜਗ੍ਹਾ ਸਾਰੀਆਂ ਗੱਲਾਂ ਹੁੰਦੀਆਂ ਨੇ, ਅਰਥ ਕਰਨ ਲੱਗਾ, ਜਿੱਥੇ ਗੁਰਮੁਖ ਨੇ ਉੱਥੇ ਮਨਮੁਖ ਵੀ ਨੇ, ਜਿੱਥੇ ਰਾਤ ਆ ਉੱਥੇ ਦਿਨ ਵੀ ਆ। ਸਤਸੰਗ ਦੀ ਜੇ ਰਾਤ ਨਾ ਪੈਂਦੀ ਹੋਵੇ ਤੇ ਦਿਨ ਦੀ ਕਦੇ ਕਦਰ ਨਾ ਹੁੰਦੀ ਹੋਵੇ, ਜੇ ਰਾਤ ਨਾ ਪੈਂਦੀ ਹੋਵੇ ਦਿਨ ਦੀ ਕਦਰ ਕਦਰ ਹੋਵੇ, ਜੇ ਮਨਮੁਖ ਨਾ ਮਿਲਣ ਫਿਰ ਗੁਰਮੁਖਾਂ ਦੀ ਕਦਰ ਕਿੱਥੇ ਹੋ ਜਾਏ। ਗੁਰਮੁਖਾਂ ਦੀ ਕਦਰ ਹੀ ਤਾਂ ਹੁੰਦੀ ਆ, ਜੋੜਨ ਵਾਲਿਆਂ ਦਾ ਹਮੇਸ਼ਾ ਸਤਿਕਾਰ ਰਹਿੰਦਾ, ਹਮੇਸ਼ਾ ਸਤਿਕਾਰ ਰਹਿੰਦਾ, ਹਮੇਸ਼ਾ ਤੇਰਾ ਤੇਰਾ ਨੇ ਭਾਈ ਲਾਲੋ ਵੀ ਰਹਿੰਦਾ, ਇੱਥੇ ਫਿਰ ਮਲਕ ਭਾਗੋ ਵੀ ਰਹਿੰਦਾ। ਵੇਖਣਾ ਹਰ ਸੱਚ ਵਿੱਚ ਕਿੰਨਾ ਕੁ ਫਰਕ ਆ। ਮਲਕ ਭਾਗੋ ਸਾਲ ਬਾਅਦ ਆਇਆ ਲੰਗਰ ਲਾ ਦਿੰਦਾ, ਬਟ ਲੋਕ ਤੁਹਾਨੂੰ ਮਿਲਦੇ ਨੇ ਜਿਹੜੇ ਇਹ ਗੱਲ ਕਹਿੰਦੇ ਹੋਣਗੇ, ਸਾਲ ਬਾਅਦ ਅਸੀਂ ਲੰਗਰ ਲਾਈਦਾ, ਸਾਲ ਬਾਅਦ ਅਸੀਂ ਦਸਵੰਧ ਕੱਢਦੇ ਹਾਂ, ਸਾਲ ਬਾਅਦ
ਦਸਵੰਦ ਕੱਢੀ ਦਾ ਲੰਗਰ ਲਾਈ ਦਾ ਸਾਬਤ ਸੂਰਤਾਂ ਸਾਨੂੰ ਅਮਰ ਛਕਣ ਦੀ ਲੋੜ ਨਹੀਂ ਬਾਣੀ ਅਸੀਂ ਪੜ੍ਹਦੇ ਤੁਸੀਂ ਢਾਈ ਢਾਈ ਘੰਟੇ ਦੀ ਗੱਲ ਕਰਦੇ ਹੋ ਅਸੀਂ 68 ਘੰਟੇ ਨਿਤਨੇਮ ਕਰਦੇ ਹਾਂ ਸਾਨੂੰ ਅਮਰ ਛਕਣ ਦੀ ਲੋੜ ਨਹੀਂ ਪਰ ਮਹਾਂਪੁਰਸ਼ ਸਮਝਾਉਂਦੇ ਨੇ ਕਹਿੰਦੇ ਸਿੱਖਾ ਬਾਣੀ ਤੇ ਬਾਣੇ ਦਾ ਸੰਬੰਧ ਬੜਾ ਵੱਡਾ ਬੜਾ ਗੂੜਾ ਸੰਬੰਧ ਆ ਬਾਣੀ ਤੇ ਬਾਣੇ ਜੇ ਇੱਕ ਚੀਜ਼ ਲੈ ਕੇ ਤੁਰੇ ਹੋਏ ਆ ਫਿਰ ਅਧੂਰੇ ਆ ਪ੍ਰਮਾਣ ਦਿੰਦੇ ਨੇ ਕਹਿੰਦੇ ਸਾਡੇ ਘਰ ਬੱਚਾ ਪੈਦਾ ਹੋਵੇ ਸੋਹਣਾ ਬਹੁਤ ਹੋਵੇ ਬਾਣੀ ਜਿਹੜੀ ਆ ਇਹ ਸਵਾਸ ਆ ਬਾਣਾ ਜਿਹੜਾ ਇਹ ਸਰੀਰ ਆ ਬਾਣਾ ਸਰੀਰ ਆ ਬਾਣੀ ਸਵਾਸ ਜੇ ਦੋਹਾਂ ਚੋਂ ਇੱਕ ਵੀ ਚੀਜ਼ ਹੈ ਨਹੀਂ ਅਧੂਰਾ ਪ੍ਰਮਾਣ ਦਿੰਦੇ ਨੇ ਕਹਿੰਦੇ ਛੋਟਾ ਜਿਹਾ ਬੱਚਾ ਪੈਦਾ ਹੋਵੇ ਕਹਿੰਦੇ ਸੋਹਣਾ ਬਹੁਤ ਹੋਵੇ ਜਿਹੜਾ ਵੇਖਣ ਆਵੇ ਕਵੇ ਤੇਰੇ ਵਰਗਾ ਬੱਚਾ ਸੋਹਣਾ ਵਾ ਵੇਖਿਆ ਹੀ ਨਹੀਂ ਪਰ ਸਵਾਸ ਨਹੀਂ ਚੱਲਦੇ ਕਹਿੰਦੇ ਮਾਤਾ ਪਿਤਾ ਦੀ ਖੁਸ਼ੀ ਨਹੀਂ ਹੁੰਦੀ ਜੇ ਆਵੇ ਕਵੇ ਸਵਾਸ ਚੱਲਦੇ ਨੇ ਬੱਚਾ ਬੜਾ ਸੋਹਣਾ ਪਰ ਇੱਕ ਅੰਗ ਹੈ ਨਹੀਂ ਤਾਂ ਵੀ ਖੁਸ਼ੀ ਨਹੀਂ ਬਾਣੀ ਬਾਣੇ ਦਾ ਸੰਬੰਧ ਆ ਬਾਣਾ ਜਿਹੜਾ ਸਰੀਰ ਆ ਬਾਣੀ ਜਿਹੜੀ ਆ ਉਹ ਹੈ ਸਵਾਸ ਜੇ ਬਾਣੀ ਪੜ੍ਹਦੇ ਉਹ ਸਵਾਸ ਤੁਹਾਡੇ ਚੱਲਦੇ ਨੇ ਬਾਣਾ ਨਹੀਂ ਪਾਇਆ ਸਮਝੋ ਸਲੀਰੋਂ ਅਧੂਰੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਸਰੀਰ ਦੇ ਦਰਸ਼ਨ ਕਰਨੇ ਤੇ ਪੰਥ ਚੋਂ ਕਰਿਓ ਆਤਮਾ ਦੇ ਦਰਸ਼ਨ ਕਰਨੇ ਤੇ ਗੁਰੂ ਗ੍ਰੰਥ ਚੋਂ ਕਰਿਓ ਫਿਰ ਇਹਦਾ ਮਤਲਬ ਦਰਸ਼ਨ ਤੂੰ ਆਤਮਾ ਦੇ ਤੇ ਕਰਦਾ ਵਾ ਤੇ ਜੇ ਕੋਈ ਕਵੇ ਤੇਰੇ ਸਰੀਰ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣੇ ਨੇ ਫੇਰ ਨਹੀਂ ਹੋਣੇ ਫਿਰ ਅਧੂਰਾ ਵਾ ਤੇ ਜੇ ਬਾਣਾ ਪਾਇਆ ਹੋਇਆ ਨਾਲ ਬਾਣੀ ਪੜ੍ਹਦਾ ਹੀ ਨਹੀਂ ਅਧੂਰਾ ਤਾਂ ਵੀ ਆ ਫਿਰ ਤੇ ਇੱਦਾਂ ਹੋ ਸਕਦਾ ਸਰੀਰ ਬਹੁਤ ਸੋਹਣਾ ਸਵਾਸ ਨਹੀਂ ਚੱਲਦੇ ਫਿਰ ਤੇ ਤ੍ਰਿਗਤ ਨਾਂ ਦਾ ਜੀਵ ਆ ਜਿੱਤ ਖਾਏ ਵਧਾਇਆ ਪੇਟ ਫਿਰ ਇੱਦਾਂ ਦੇ ਹੋਏਗਾ ਨਹੀਂ ਪੂਰੇ ਬਣੀਏ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਕਿਰਪਾ ਤਾਂ ਹੋਏਗੀ ਪੂਰੀ ਇਸੇ ਕਰਕੇ ਸਮਾਗਮ ਰੱਖਿਆ ਗਿਆ ਦੋ ਦਿਨ ਦੇ ਦੀਵਾਨ ਸੀ ਤੁਹਾਡੇ ਚਰਨਾਂ ਚ ਅੱਜ ਤੇ ਕੱਲ ਕੱਲੋਂ ਖੰਡੇ ਬਾਟੇ ਦੀ ਪੌਲ ਤਿਆਰ ਹੋਏਗੀ ਟਕਸਾਲਾਂ ਸਾਰੀਆਂ ਮੁਬਾਰਕਬਾਦ ਨੇ ਟਕਸਾਲਾਂ ਸਾਰੀਆਂ ਮੁਬਾਰਕਬਾਦ ਨੇ ਇੱਥੇ ਹਰ ਇੱਕ ਗੁਰਸਿੱਖ ਮੁਬਾਰਕਬਾਦ ਆ ਜਿਹੜਾ ਜੋੜਦਾ ਉਹਦਾ ਸਤਿਕਾਰ ਆ ਪਰ ਸਾਧ ਸੰਗਤ ਦੀ ਟਕਸਾਲ ਆਪਣੇ ਆਪ ਵਿੱਚ ਆਪ ਆ ਉਸ ਟਕਸਾਲ ਤੋਂ ਪੰਜ ਪਿਆਰੇ ਸੰਗਤੇ ਤੁਹਾਡੇ ਨਗਰ ਚ ਆਉਣੇ ਨੇ ਜਿਹੜੀ ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਥਾਪੀ ਹੋਈ ਹੈ ਬਾਬਾ ਦੀਪ ਸਿੰਘ ਦੀ ਤਿੰਨਾਂ ਦੀ ਚਲਦੀ ਦਮਦਮੀ ਟਕਸਾਲ ਤੋਂ ਪੰਜ ਪਿਆਰੇ ਆਉਣਗੇ ਹੁਣ ਸਮੇਂ ਨੂੰ ਅਜਾਈ ਨਾ ਗਵਾਇਓ ਬਹੁਤਾ ਨਹੀਂ ਜੋੜ ਸਕਦੇ ਘਰਾਂ ਦੇ ਵਿੱਚ ਨਗੁਰੇ ਨੇ ਉਹਨਾਂ ਨੂੰ ਬੇਨਤੀਆਂ ਕਰੋ ਜੇ ਇੱਕ ਇੱਕ ਵੀ ਜੋੜੋਗੇ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਕੱਲ ਨੂੰ ਅੰਮ੍ਰਿਤ ਸੰਚਾਰ ਹੋ ਸਕਦਾ ਜੇ ਜੋੜਨ ਵਾਲੇ ਬਣੋਗੇ ਚਿੜੀ ਵਾਲੀ ਉਦਾਹਰਨ ਤੁਹਾਡੇ ਚਰਨਾਂ 'ਚ ਰੱਖੀ ਸੀ ਜੋੜਨ ਵਾਲੇ ਬਣ ਜਾਓ ਵਜਾਉਣ ਵਾਲੇ ਬਣ ਜਾਓ ਜਿੱਥੇ ਲਾਉਣ ਵਾਲਿਆਂ ਦਾ ਲੇਖਾ ਹੋਣਾ ਵਜਾਉਣ ਵਾਲਿਆਂ ਦਾ ਵੀ ਹੋਣਾ ਸਾਧ ਸੰਗਤ ਦੀ ਜੋੜਨ ਵਾਲਿਆਂ ਵੱਲ ਜਾਈਏ ਇੱਧਰ ਤੁਰੀਏ ਇੱਕ ਇੱਕ ਨੂੰ ਜੋੜੋਗੇ ਸੰਗਤੇ ਇੱਥੇ ਸੈਂਕੜਿਆਂ ਦੀ ਤਾਦਾਦ ਵਿੱਚ ਅੰਮ੍ਰਿਤ ਸੰਚਾਰ ਕੱਲ ਨੂੰ ਹੋ ਸਕਦਾ ਗੁਰੂ ਸਾਹਿਬ ਮਿਹਰ ਕਰਕੇ ਸਾਡੇ ਹਿਰਦਿਆਂ 'ਚ ਵਸਣ ਸਾਡੀ ਹੱਕ ਸੱਚ ਦੀ ਕਮਾਈ ਸਾਨੂੰ ਕਰਨੀ ਆ ਜਾਏ ਭਾਈ ਲਾਲੋ ਦਾ ਕੋਧਰੇ ਦਾ ਪ੍ਰਸ਼ਾਦਾ ਉਹਨੂੰ ਗੁਰੂ ਸਾਹਿਬ ਅੰਮ੍ਰਿਤ ਕਹਿੰਦੇ ਨੇ ਇੱਥੇ ਲਾਲੋ ਤੇ ਇੱਥੇ ਮਲਕ ਭਾਗੋ ਸਾਲ ਬਾਅਦ ਲੰਗਰ ਲਾ ਲੈਂਦਾ ਕਹਿੰਦੇ ਲੰਗਰ ਲਾਇਆ ਤੇ ਕਹਿੰਦੇ ਰਿਸ਼ੀਆਂ ਮੁਨੀਆਂ ਨੂੰ ਬੁਲਾਇਆ ਇੱਥੇ ਗੁਰੂ ਸਾਹਿਬ ਨੂੰ ਵੀ ਕਹਿੰਦੇ ਬੁਲਾਵਾ ਭੇਜਿਆ ਕਹਿੰਦੇ ਸੱਚੇ ਪਾਤਸ਼ਾਹ ਆਓ ਸਾਡੇ ਘਰ ਲੰਗਰ ਲੱਗਣਾ ਤੁਸੀਂ ਆਓ ਅਸੀਂ ਲੰਗਰ ਲਾਇਆ ਹੋਇਆ ਇੱਥੇ ਪੂੜੇ ਵਰਤਣਗੇ ਗੁਰੂ ਸਾਹਿਬ ਦੀ ਆਇਓ ਸਤਿਗੁਰੂ ਸਾਹਿਬ ਦੀ ਕਹਿਣ ਲੱਗੇ ਮਲਕ ਭਾਗੋ ਤੇਰੇ ਪੂੜਿਆਂ ਨਾਲ ਸਾਡਾ ਕੋਈ ਮਤਲਬ ਨਹੀਂ ਆਖੋ ਸਤਨਾਮ
ਕਹਿੰਦੇ ਤੂੰ ਹੱਕ ਸੱਚ ਕਮਾਉਣ ਵਾਲਾ ਨਹੀਂ, ਇਸੇ ਕਰਕੇ ਕਹਿੰਦੇ ਤੇਰੇ ਘਰ ਨਹੀਂ ਅਸੀਂ ਆ ਸਕਦੇ। ਗੁਰੂ ਸਾਹਿਬ ਨੂੰ ਕਹਿਣ ਲੱਗਾ ਮਲਕ ਭਾਗੋ ਵੇਖੋ ਤੁਸੀਂ ਛੱਪਰੀਆਂ 'ਚ ਬੈਠੇ ਹੋ, ਵੇਖੋ ਕੋਧਰੇ ਦਾ ਛਕਦੇ ਹੋ, ਮੇਰੇ ਆ ਕੇ ਵੇਖਣਾ ਤੁਹਾਨੂੰ ਮਾਲ ਪੂੜੇ ਛਕਾਵਾਂਗੇ। ਗੁਰੂ ਸਾਹਿਬ ਜੀ ਕਹਿਣ ਲੱਗੇ ਤੇਰੀ ਹੱਕ ਦੀ ਨਹੀਂ, ਇਸੇ ਕਰਕੇ ਗੁਰਪੀਰ ਹਾਮਾ ਤਾਂ ਭਰੇ। ਮੈਂ ਅਰਜ਼ ਕੀਤੀ ਸੀ ਕਹਿੰਦੇ ਤੇਰੀ ਹਾਮੀ ਨਹੀਂ ਭਰੀ ਜਾਣੀ, ਇੱਥੇ ਤੂੰ ਮਾਇਆ ਮਾਇਆ ਕਰਦਾ ਫਿਰਦਾ ਵਾ, ਹੱਕ ਸੱਚ ਦੀ ਤੂੰ ਕਮਾਈ ਨਹੀਂ ਕਰਦਾ, ਇਸੇ ਕਰਕੇ ਤੇਰੇ ਮਾਲ ਪੂੜੇ ਵੀ ਪ੍ਰਵਾਨ ਨਹੀਂ। ਆਖੋ ਸਤਨਾਮ। ਅੱਗੋਂ ਕਹਿਣ ਲੱਗਾ ਬੜੇ ਲੋਕ ਨੇ ਜਿਹੜੇ ਏਦਾਂ ਅੱਜ ਕਹਿੰਦੇ ਹੋਣਗੇ, ਸਾਨੂੰ ਪ੍ਰਤੱਖ ਵਿਖਾਓ। ਤੁਸੀਂ ਕਹਿੰਦੇ ਹੋ ਗੁਰੂ ਸਾਹਿਬ ਜੀ ਮਨ ਤੇ ਤਨ ਅਰੋਗ ਕਰ ਦਿੰਦੇ ਨੇ, ਸਾਨੂੰ ਪ੍ਰਤੱਖ ਵਿਖਾਓ। ਅੱਜ ਵੀ ਮਿਲਦੇ ਨੇ, ਤੁਰਨਾ ਸੰਗਤੇ ਜਿਹਨੂੰ ਸ਼ੰਕਾ ਹੋਵੇ, ਅੱਜ ਵੀ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਦੇ ਨੇ। ਆ ਥੋੜੇ ਦਿਨ ਪਹਿਲਾਂ ਬਟਾਲੇ ਦੀਵਾਨ ਚੱਲਦੇ ਸੀ, ਦਾਸ ਦੇ ਦੋ ਮਹਾਂਪੁਰਸ਼ਾਂ ਨੇ ਦਾਸਾਂ ਨੂੰ ਉੱਥੇ ਬੁਲਾਇਆ, ਸੰਤ ਬਾਬਾ ਗੁਰਜੀਤ ਸਿੰਘ ਦੀ ਖੁਜਾਲੇ ਵਾਲਿਆਂ ਤੇ ਸਾਧ ਸਿੰਘ ਦੀ ਦਾਸ ਮਾਲਪੁਰ ਤੋਂ ਦੀਵਾਨ ਲਾ ਕੇ ਤੇ ਜਾ ਰਿਹਾ ਸੀ। ਮੈਂ ਸੋਚਿਆ ਵੀ ਟਾਂਡੇ ਰੁਕਣਾ ਥੋੜਾ, ਸੇਵਕਾਂ ਦੇ ਜਲ ਪਾਣੀ ਛੱਕ ਕੇ ਅੱਗੇ ਜਾਣਾ ਸੀ। ਮੈਂ ਪ੍ਰਤੱਖ ਦੀ ਗੱਲ ਕੀਤੀ ਆ, ਬੜੇ ਲੋਕ ਨੇ ਜਿਹੜੇ ਤੁਹਾਨੂੰ ਮਿਲਦੇ ਨੇ, ਜਿਹਦੇ ਕਹਿੰਦੇ ਅੱਜ ਸਾਨੂੰ ਕਲਾ ਵਰਤ ਦੀ ਵਿਖਾਓ। ਅੱਜ ਤੁਸੀਂ ਕਹਿੰਦੇ ਹੋ ਮਨ ਤਨ ਭਏ ਰੋਗਾ, ਗੁਰੂ ਸਾਹਿਬ ਮਨ ਤਨ ਰੋਗ ਕਰਦੇ ਨੇ, ਦੱਸੋ ਸਾਡੇ ਸਰੀਰ ਤੇ ਇੰਨਾ ਰੋਗ ਆ, ਰੋਗ ਦੂਰ ਹੋ ਜਾਏਗਾ? ਅੱਜ ਵੀ ਇੱਦਾਂ ਦੇ ਪ੍ਰਮਾਣ ਮਿਲਦੇ ਨੇ। ਮੈਂ ਉੱਥੇ ਟਾਂਡੇ ਜਲ ਪਾਣੀ ਸੰਗਤੇ ਛਕਿਆ, ਉਸ ਪਰਿਵਾਰ ਨੇ ਖੁਦ ਮੈਨੂੰ ਦੱਸਿਆ ਕਹਿੰਦੇ ਬਾਬਾ ਜੀ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਕਹਿੰਦੇ ਇਟਲੀ ਰਹਿੰਦੇ ਨੇ, ਉਹਨਾਂ ਦੇ ਕਹਿੰਦੇ ਸਾਡੀ ਰਿਸ਼ਤੇਦਾਰੀ ਵਿੱਚ ਪਤੀ ਤੇ ਪਤਨੀ, ਉਹ ਕਹਿੰਦੇ ਗੁਰਮੁਖ ਦੀ ਕਹਿੰਦੇ ਘਰ ਵਾਲੀ ਨੂੰ ਕੈਂਸਰ ਹੋ ਗਿਆ, ਕਹਿੰਦੇ ਇੱਧਰ ਆ ਗਏ ਟਾਂਡੇ ਆਪਣੇ ਪਿੰਡ ਆ ਗਏ। ਆਣ ਕੇ ਕਹਿੰਦੇ ਉਹਨਾਂ ਨੇ ਇੱਥੇ ਜਦੋਂ ਆਏ ਤੇ ਘਰ ਦੇ ਕਹਿਣ ਲੱਗੇ ਚਲੋ ਤੁਹਾਨੂੰ ਫਲਾਨੇ ਹਸਪੀਟਲ ਲੈ ਚੱਲਦੇ ਹਾਂ, ਫਲਾਨੇ ਲੈ ਚੱਲਦੇ ਹਾਂ। ਫਿਰ ਕਹਿੰਦੇ ਉਹ ਸੀ ਗੁਰਮੁਖ ਜਿਹਨਾਂ ਨੂੰ ਗੁਰੂ ਸਾਹਿਬ ਤੇ ਭਰੋਸਾ ਸੀ, ਉਹ ਕਹਿੰਦੇ ਬਾਅਦ ਵਿੱਚ ਡਾਕਟਰਾਂ ਕੋਲ ਜਾਵਾਂਗੇ, ਪਰ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਜਾਣਾ। ਉਹ ਸੋਚਣ ਲੱਗੇ ਵੀ ਖਰੇ ਅੰਮ੍ਰਿਤਸਰ ਕਿਸੇ ਹਸਪੀਟਲ ਦਿਖਾਲਣਾ ਹੋਏਗਾ, ਪਰ ਨਹੀਂ, ਉਹਨਾਂ ਨੂੰ ਭਰੋਸਾ ਸੀ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਕਹਿੰਦੇ ਉਹਨਾਂ ਨੂੰ ਭਰੋਸਾ ਸੀ ਕਹਿੰਦੇ ਗੁਰੂ ਸਾਹਿਬ ਦੇ ਚਰਨਾਂ ਚਲੇ ਗਏ। ਕਹਿੰਦੇ ਭਰੋਸਾ ਸੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚਲੇ ਗਏ, ਉੱਥੇ ਜਾ ਕੇ ਕਹਿੰਦੇ ਜੋੜੇ ਝਾੜੇ ਰੋਜ਼ ਕਹਿੰਦੇ ਗੁਰੂ ਸਾਹਿਬ ਦੇ ਚਰਨਾਂ ਚ ਆਉਂਦੇ ਨੇ, ਰੋਜ਼ ਕਥਾ ਕੀਰਤਨ ਸੁਣਦੇ ਨੇ। ਸੁਣਿਆ ਦੁੱਖ ਪਾਪ ਕਾ ਦਾਸ, ਪੜ੍ਹਦੇ ਵੀ ਨੇ ਸੁਣਦੇ ਵੀ ਨੇ, ਸੱਚੇ ਪਾਤਸ਼ਾਹ ਤੇਰੀ ਬਾਣੀ ਸੁਣਨ ਨਾਲ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ। ਸੱਚੇ ਪਾਤਸ਼ਾਹ ਅਸੀਂ ਇਹ ਪੜ੍ਹਿਆ ਵੀ ਤੇਰੇ ਦਰ ਤੇ ਕੋਈ ਆਇਆ ਖਾਲੀ ਨਹੀਂ ਗਿਆ। ਸੱਚੇ ਪਾਤਸ਼ਾਹ ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵਈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਸਾਡਾ ਤਨ ਅਰੋਗ ਕਰ ਦਿਓ। ਉਹਨਾਂ ਦੇ ਦੱਸਣ ਦੀਆਂ ਬਾਤਾਂ ਕੋਈ ਆਵੇ ਮੈਂ ਖੁਦ ਵਿਖਾਵਾਂਗਾ ਉਹਨਾਂ ਦੇ ਘਰੇ ਜਾ ਕੇ। ਕਹਿੰਦੇ ਬਾਬਾ ਜੀ ਉਹਨਾਂ ਨੇ ਕਹਿੰਦੇ ਉੱਥੇ ਅਰਦਾਸਾਂ ਕੀਤੀਆਂ ਕੁਝ ਸਮਾਂ ਰਹੇ, ਸੇਵਾ ਕਰਨ ਤੋਂ ਬਾਅਦ ਜਦੋਂ ਘਰੇ ਆਏ ਆਉਂਦੇ ਹੀ ਕਹਿਣ ਲੱਗੇ ਕਹਿੰਦੇ ਜਿੱਥੇ ਮਰਜ਼ੀ ਲੈ ਚਲੋ ਅਸੀਂ ਚੈੱਕਅਪ ਕਰਾਉਂਦੇ ਹਾਂ। ਕਹਿੰਦੇ ਉਸੇ ਹੀ ਕਹਿੰਦੇ ਪਰਿਵਾਰ ਨੇ ਫਿਰ ਉਹਨਾਂ ਨੂੰ ਕਹਿੰਦੇ ਚੰਡੀਗੜ੍ਹ ਜਾਂ ਉਹਨਾਂ ਨੇ ਦੱਸਿਆ ਲੁਧਿਆਣੇ ਕਹਿੰਦੇ ਲਗਾਏ। ਜਦੋਂ ਡਾਕਟਰ ਕੋਲ ਗਏ ਉਹ ਡਾਕਟਰ ਕਹਿਣ ਲੱਗਾ ਤੁਹਾਨੂੰ ਕੈਂਸਰ ਹੈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਪਿਆਰੇ ਅੱਜ ਵੀ ਕਲਾ ਵਰਤਦੀ ਆ, ਬੜੇ ਤੁਹਾਨੂੰ ਅੱਜ ਵੀ ਮਿਲਣਗੇ ਜਿਹੜੇ ਕਹਿੰਦੇ ਨੇ ਵਿਖਾਓ। ਏਦਾਂ ਫਿਰ ਮਲਕ ਭਾਗੋ ਨੇ ਵੀ ਕਿਹਾ ਹੋਣਾ ਆ ਧਾਰਨਾ ਸੰਗਤੇ ਨਾਲ ਹੀ ਸਮਾਪਤੀ ਹੋ ਜਾਣੀ,
ਇਹਦਾ ਮਾਲਕ ਭਾਗੋ ਨੇ ਵੀ ਕਿਹਾ ਗੁਰੂ ਸਾਹਿਬ ਨੂੰ ਕਹਿਣ ਲੱਗਾ ਤੁਸੀਂ ਲਾਲੋ ਦਾ ਪ੍ਰਸ਼ਾਦਾ ਛਕਦੇ ਹੋ ਉਹਨੂੰ ਕੋਧਰੇ ਤੇ ਨੂੰ ਅੰਮ੍ਰਿਤ ਕਹਿੰਦੇ ਹੋ ਮੇਰਾ ਇੱਥੇ 36 ਪ੍ਰਕਾਰ ਦਾ ਤੁਸੀਂ ਨਿੰਦਦੇ ਹੋ ਤੁਸੀਂ ਕਹਿੰਦੇ ਹੋ ਇਹਦੇ ਵਿੱਚ ਹੱਕ ਸੱਚ ਦੀ ਹੈ ਨਹੀਂ ਇਹਦੇ ਵਿੱਚ ਗਰੀਬਾਂ ਦਾ ਖੂਨ ਨਚੋੜਿਆ ਹੋਇਆ ਇਹ ਨਾਨਕਾ ਮੈਨੂੰ ਵਿਖਾ ਜਿੱਥੇ ਸਾਡੇ ਪ੍ਰਸ਼ਾਦੇ ਵਿੱਚ ਖੂਨ ਹੋਵੇ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮਾਲਕ ਭਾਗੋ ਇਹਨੂੰ ਢੱਕੀਆਂ ਹੀ ਰਹਿਣ ਦੇ ਤੇ ਚੰਗੀਆਂ ਨਹੀਂ ਤੇ ਯਾਰ ਹੋ ਜਾਣਗੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਕਾਲ ਪੁਰਖ ਵਾਹਿਗੁਰੂ ਬੜਾ ਬੇਅੰਤਾ ਢੱਕੀਆਂ ਹੀ ਰਹਿਣ ਦੇ ਨਹੀਂ ਹਟਿਆ ਕਹਿੰਦਾ ਵਿਖਾਓ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਤਰੁੱਠ ਗਏ ਕਹਿਣ ਲੱਗੇ ਲਾਲੋ ਚਾਹ ਆਪਣਾ ਅੰਮ੍ਰਿਤ ਵੀ ਚੱਕ ਕੇ ਲਿਆ ਵੇਖੋ ਪਿਆਰੇ ਹੱਕ ਸੱਚ ਦੀ ਕਮਾਉਣ ਵਾਲੇ ਨੂੰ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਲਿਆ ਚੁੱਕ ਕੇ ਭਾਈ ਲਾਲੋ ਭੱਜਾ ਗਿਆ ਛਪਾਸ਼ ਪਾ ਕੇ ਲਿਆਉਂਦਾ ਵੀ ਮੇਰਾ ਰੁੱਖਾ ਸੁੱਖਾ ਸੱਚ ਪਾਤਸ਼ਾਹ ਜੀ ਕਹਿੰਦੇ ਲਿਆ ਅੰਮ੍ਰਿਤ ਸੱਜੇ ਹੱਥ ਵਿੱਚ ਭਾਈ ਲਾਲੋ ਦਾ ਕੋਧਰੇ ਦਾ ਪ੍ਰਸ਼ਾਦਾ ਕਹਿੰਦੇ ਲਿਆਓ ਮਾਲਕ ਭਾਗੋ ਆਪਣਾ ਖੂਨ ਨਿਚੋੜਿਆ ਹੋਇਆ ਗਰੀਬਾਂ ਦਾ ਕਹਿੰਦਾ ਵਿਖਾਓ ਇੱਕ ਹੱਥ ਵਿੱਚ ਗੁਰੂ ਸਾਹਿਬ ਨੇ ਸੱਜੇ ਹੱਥ ਵਿੱਚ ਲਾਲੋ ਦਾ ਅੰਮ੍ਰਿਤ ਖੱਬੇ ਹੱਥ ਵਿੱਚ ਮਾਲਕ ਭਾਗੋ ਦੇ ਪੂੜੇ ਜਿਨ੍ਹਾਂ ਵਿੱਚ ਪਰਾਇਆ ਹੱਕ ਛੁਪਿਆ ਹੋਇਆ ਗੁਰੂ ਸਾਹਿਬ ਕਹਿਣ ਲੱਗੇ ਵੇਖ ਕਰਤਾਰ ਦੀ ਮੌਜ ਉੱਪਰ ਚੁੱਕੇ ਹੱਥ ਗੁਰੂ ਸਾਹਿਬ ਨੇ ਜਦੋਂ ਨਿਚੋੜਿਆ ਸੱਚ ਜਾਣੋ ਮਾਲਕ ਭਾਗੋ ਦੇ ਪੂੜਿਆਂ ਚੋਂ ਖੂਨ ਵਹਿੰਦਾ ਇੱਕ ਹੱਕ ਸੱਚ ਦੀ ਕਮਾਉਣ ਵਾਲਾ ਭਾਈ ਲਾਲੋ ਜਦੋਂ ਗੁਰੂ ਸਾਹਿਬ ਨੇ ਸੱਜੇ ਹੱਥ ਵਿੱਚ ਫੜ ਕੇ ਕੋਧਰੇ ਦਾ ਪ੍ਰਸ਼ਾਦਾ ਨਿਚੋੜਿਆ ਸੱਚ ਜਾਣੋ ਅੰਮ੍ਰਿਤ ਚੋਂਦਾ ਆਖੋ ਸਤਨਾਮ ਇਹਦਾ ਜਦੋਂ ਸੱਚ ਦੀ ਗੱਲ ਵੇਖੀ ਮਾਲਕ ਭਾਗੋ ਨੇ ਮੱਥਾ ਟੇਕਿਆ ਕਿ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਦਿਓ ਅੱਜ ਪਤਾ ਲੱਗਾ ਕਿ ਆਂਜਾ ਸਾ ਸਤਿਗੁਰ ਸੁਣੀ ਨਾ ਓ ਤਾ ਸੋਈ ਨਾਲੀ
ਕੱਟ ਹਮੈ ਰੋ ਨਾਨਕ ਸਤਿਗੁਰ ਤੇ ਨਾਮ ਲਾਇਆ ਜਨ ਤੁਰੇ ਪਿਆ ਸੰਗਤ ਜਸਾ ਸੁਣਿਆ ਸਤਿਗੁਰੂ ਸੁਣੀ ਦਾ ਤੈਸੋ ਹੀ ਮੰਡੀਟ ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾਵ ਸੀਟ ਹਰ ਨਾਮੋ ਮੰਤਰ ਦੜਾਏ ਦਾ ਕੱਟੈ ਹਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਸੰਜੋਗ। ਸਤਿਗੁਰੂ ਸਾਹਿਬ ਨੇ ਮਿਹਰ ਕੀਤੀ ਸਾਡੇ ਭਾਗ ਜਾਗੇ ਗੁਰੂ ਸਾਹਿਬ ਨੇ ਮਿਹਰ ਕਰਕੇ ਸਾਨੂੰ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਇਹਨੂੰ ਅਜਾਈ ਨੰਗ ਬਾਈਏ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਲਾਹਾ ਪ੍ਰਾਪਤ ਕਰੀਏ ਹੱਕ ਸੱਚ ਦਾ ਕਮਾਈਏ। ਗੁਰੂ ਸਾਹਿਬ ਨੇ ਹੱਕ ਸੱਚ ਕਮਾਉਣ ਵਾਲੇ ਦੀ ਗਵਾਹੀ ਭਰੀ ਆ ਜਿਹੜਾ ਹੱਕ ਸੱਚ ਦੀ ਨਹੀਂ ਕਮਾਉਂਦਾ ਉਹ ਤੇ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਹੁੰਦੀ। ਹੱਕ ਸੱਚ ਦੀ ਕਮਾਉਣ ਦੀ ਜਾਂਚ ਕੱਲੋਂ ਪੰਜਾਂ ਪਿਆਰਿਆਂ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਨਗੇ। ਮੂਲ ਮੰਤਰ ਗੁਰਮੰਤਰ ਮਿਲੇਗਾ ਉਹਨੂੰ ਫਿਰ ਜਪ ਕੇ ਪਾਪਣਾ ਪਾਰ ਉਤਾਰਾ ਹੋ ਸਕਦਾ। ਸਰਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਇਤਨੀ ਸੇਵਾ ਪ੍ਰਵਾਨ ਕਰਨੀ ਮਨ ਬਣਾਓ ਗੁਰੂ ਵਾਲੇ ਬਣੋ। ਕੱਲੋਂ ਸਮਾਂ ਆਪਦੀਆਂ ਦੀ ਝੋਲੀ 'ਚ ਪਿਆ ਜੇ ਹੋਰ ਨਹੀਂ ਕਿਸੇ ਨੂੰ ਜਾ ਕੇ ਕਹਿ ਸਕਦੇ ਆਪਣੇ ਆਪ ਦੋਸਤਾਂ ਮਿੱਤਰਾਂ ਨੂੰ ਆਪਣੇ ਘਰ ਜਾ ਕੇ ਆਪ ਮਨ ਬਣਾਓ ਜਿਹੜਾ ਨਗੁਰਾ ਹੈ ਉਹ ਨਗੁਰੇਪਨ ਦੀ ਜੂਠ ਲਾ ਕੇ ਗੁਰੂ ਵਾਲੇ ਬਣੋ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੋਵੇ। ਜਿਹੜਾ ਅਜੇ ਵੀ ਨਹੀਂ ਬੋਲਿਆ ਨੰਦ ਸਾਹਿਬ ਵਿੱਚ ਬੋਲ ਕੇ ਰਸਨਾ ਪਵਿੱਤਰ ਕਰੇ ਕੱਲ ਨੂੰ ਕਕਾਰ ਇੱਥੋਂ ਤੁਹਾਨੂੰ ਮਿਲਣਗੇ ਪੰਜ ਪਿਆਰੇ ਠੀਕ 5 ਵਜੇ ਇੱਥੇ ਪਹੁੰਚ ਜਾਣਗੇ। ਆਪ ਸਭ ਸੰਗਤਾਂ ਨੇ ਅੰਮ੍ਰਿਤ ਛੱਕ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਖੁਸ਼ੀ ਦੇ ਪਾਤਰ ਬਣੋ। ਗੁਰੂ ਸਾਹਿਬ ਦਾ ਧੰਨਵਾਦ ਪ੍ਰਬੰਧਕ ਜਨਾਂ ਦਾ ਧੰਨਵਾਦ ਬਾਹਰੋਂ ਆਈ ਹੋਈ ਸੰਗਤ ਕਰਤਾਰਪੁਰ ਤੋਂ ਸੰਗਤ ਇੱਥੇ ਆਈ ਹੋਈ ਹੈ ਜਿਹੜੇ ਪਿਆਰ ਵਾਲੇ ਨੇ ਉਹਤੇ ਸਮੁੰਦ ਸਾਗਰ ਹੋਵੇ ਬਹੁਖਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਏ ਉਹ ਨਹੀਂ ਪਿੱਛੇ ਹਟਦੇ। ਜਿਹੜੇ ਪਿਆਰ ਵਾਲੇ ਨੇ ਉਹ ਤੇ ਨਦੀਆਂ ਚੀਰ ਕੇ ਆ ਜਾਂਦੇ ਨੇ ਹੋਈਆਂ ਤਮਾਮ ਭੁੱਲਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੀ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦਿਰੜਾਈਂਦਾ ਕੱਟੀ ਹਮੈ ਰੂਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾ ਪਤਿਤ ਉਧਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤਿਤ ਉਧਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।